ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ਤੇ ਸਹਿਬਾਜ਼ ਦੇ ਨਾਂ ਦੀ ਮਹਿੰਦੀ ਲੱਗੀ ਹੈ। 16 ਜੂਨ ਨੂੰ ਜ਼ੀਰਕਪੁਰ ਦੇ ਵਿੱਚ ਵਿਆਹ ਹੋਵੇਗਾ। ਦੱਸ ਦਈਏ ਕਿ ਸਹਿਬਾਜ਼ ਪੇਸ਼ੇ ਵਜੋਂ ਵਕੀਲ ਨੇ ਔਰ 16 ਜੂਨ ਨੂੰ ਜ਼ੀਰਕਪੁਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 2-3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਵਿਧਾਇਕਾਂ ਦੇ ਵਿਆਹ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਹਰਜੋਤ ਬੈਂਸ ਨੇ IPS ਅਧਿਕਾਰੀ ਜੋਤੀ ਯਾਦਵ ਦੇ ਨਾਲ ਵਿਆਹ ਕਰਵਾਇਆ ਤਾਂ ਰਾਘਵ ਚੱਡਾ ਦੇ ਵੱਲੋਂ ਬਾਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਦੇ ਨਾਲ। ਇਸ ਤੋਂ ਪਹਿਲਾਂ CM ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ, ਨਰਿੰਦਰ ਕੌਰ ਭਰਾਜ ਮੀਤ ਹੇਅਰ ਅਤੇ MLA ਨਰਿੰਦਰ ਪਾਲ ਸਭਨਾ ਦੇ ਵੱਲੋਂ ਵਿਆਹ ਕਰਵਾਇਆ ਗਿਆ। ਤਾਂ ਹੁਣ ਵਾਰੀ ਮੰਤਰੀ ਅਨਮੋਲ ਗਗਨ ਮਾਨ ਦੀ, ਜਿਨ੍ਹਾਂ ਦਾ 16 ਜੂਨ ਨੂੰ ਜ਼ੀਰਕਪੁਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਹੋਵੇਗਾ। ਤਾਂ ਸਹਿਬਾਜ਼ ਦੇ ਨਾਮ ਦੀ ਮਹਿੰਦੀ ਲੱਗੀ ਹੈ ਹੱਥਾਂ ਤੇ, ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਚਿਹਰੇ ਤੇ ਖੁਸ਼ੀ ਆ ਜਿਹੜੀ ਉਹ ਵੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ। ਤਾਂ 16 ਜੂਨ ਨੂੰ ਜ਼ੀਰਕਪੁਰ ਦੇ ਵਿੱਚ ਵਿਆਹ ਹੋਵੇਗਾ। ਪੇਸ਼ੇ ਵਜੋਂ ਵਕੀਲ ਨੇ ਸਹਿਬਾਜ਼, ਜਿਨ੍ਹਾਂ ਦੇ ਨਾਮ ਦੀ ਮਹਿੰਦੀ ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ਤੇ ਲੱਗੀ ਹੋਈ ਹੈ। ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ਤੇ ਸਹਿਬਾਜ਼ ਦੇ ਨਾਂ ਦੀ ਮਹਿੰਦੀ ਲੱਗੀ ਹੈ। 16 ਜੂਨ ਨੂੰ ਜ਼ੀਰਕਪੁਰ ਦੇ ਵਿੱਚ ਵਿਆਹ ਹੋਵੇਗਾ। ਦੱਸ ਦਈਏ ਕਿ ਸਹਿਬਾਜ਼ ਪੇਸ਼ੇ ਵਜੋਂ ਵਕੀਲ ਨੇ ਔਰ 16 ਜੂਨ ਨੂੰ ਜ਼ੀਰਕਪੁਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 2-3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਵਿਧਾਇਕਾਂ ਦੇ ਵਿਆਹ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਹਰਜੋਤ ਬੈਂਸ ਨੇ IPS ਅਧਿਕਾਰੀ ਜੋਤੀ ਯਾਦਵ ਦੇ ਨਾਲ ਵਿਆਹ ਕਰਵਾਇਆ ਤਾਂ ਰਾਘਵ ਚੱਡਾ ਦੇ ਵੱਲੋਂ ਬਾਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਦੇ ਨਾਲ। ਇਸ ਤੋਂ ਪਹਿਲਾਂ CM ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ, ਨਰਿੰਦਰ ਕੌਰ ਭਰਾਜ ਮੀਤ ਹੇਅਰ ਅਤੇ MLA ਨਰਿੰਦਰ ਪਾਲ ਸਭਨਾ ਦੇ ਵੱਲੋਂ ਵਿਆਹ ਕਰਵਾਇਆ ਗਿਆ। ਤਾਂ ਹੁਣ ਵਾਰੀ ਮੰਤਰੀ ਅਨਮੋਲ ਗਗਨ ਮਾਨ ਦੀ, ਜਿਨ੍ਹਾਂ ਦਾ 16 ਜੂਨ ਨੂੰ ਜ਼ੀਰਕਪੁਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਹੋਵੇਗਾ। ਤਾਂ ਸਹਿਬਾਜ਼ ਦੇ ਨਾਮ ਦੀ ਮਹਿੰਦੀ ਲੱਗੀ ਹੈ ਹੱਥਾਂ ਤੇ, ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਚਿਹਰੇ ਤੇ ਖੁਸ਼ੀ ਆ ਜਿਹੜੀ ਉਹ ਵੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ। ਤਾਂ 16 ਜੂਨ ਨੂੰ ਜ਼ੀਰਕਪੁਰ ਦੇ ਵਿੱਚ ਵਿਆਹ ਹੋਵੇਗਾ। ਪੇਸ਼ੇ ਵਜੋਂ ਵਕੀਲ ਨੇ ਸਹਿਬਾਜ਼, ਜਿਨ੍ਹਾਂ ਦੇ ਨਾਮ ਦੀ ਮਹਿੰਦੀ ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ਤੇ ਲੱਗੀ ਹੋਈ ਹੈ।